ਪੰਜਾਬ ਸਰਕਾਰ ਦੇ ਵਾਟਰ ਸਪਲਾਈ ਡਿਪਾਰਟਮੈਂਟ ਦੇ ਵੱਲੋਂ ਅੱਜ ਪਹਿਲਾ ਜਨਤਾ ਦਰਵਾਰ ਲਗਾਇਆ ਗਿਆ ਔਰ ਪੰਜਾਬ ਦੇ ਵਾਟਰ ਸਪਲਾਈ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਮੇਰੇ ਨਾਲੇ ਜਿੰਪਾ ਜੀ ਅੱਜ ਪਹਿਲਾ ਜਨਤਾ ਦਰਵਾਰ ਤੁਸੀਂ ਲਗਾਇਆ ਹੈਗਾ ਆਪਣੀ ਸਰਕਾਰ ਦੇ ਵਿੱਚ ਆਪਣੇ ਮੰਤਰੀ ਮੰਡਲ ਦੇ ਵਿੱਚ ਪਹਿਲਾਂ ਤਾਂ ਕੀ ਮਕਸਦ ਸੀਗਾ ਔਰ ਕਿਸ ਤਰੀਕੇ ਦੇ ਨਾਲ ਇਹ ਆਈਡੀਆ ਆਇਆ ਕਿ ਇੱਕ ਜਨਤਾ ਦਰਵਾਰ ਲਾ ਲਿਆ ਜਾਵੇ ਕੋਈ ਸਮੱਸਿਆ ਮਾਰ ਰਹੀਆਂ ਸੀਗਾ ਦੇਖੋ ਪੰਜਾਬ ਬਹੁਤ ਵੱਡੀ ਸਟੇਟ ਹੈਗੀ ਇਹ ਕਾਫੀ ਬੜੀ ਹੈ ਔਰ ਹਰੇਕ ਤੱਕ ਪਹੁੰਚਣ ਦੇ ਲਈ ਹਰੇਕ ਕੰਪਲੇਂਟ ਤੁਹਾਡੇ ਕੋਲ ਕਿਹੜੀ ਪਹੁੰਚ ਨਹੀਂ ਪੈਂਦੀ ਲੇਕਿਨ ਅੱਜ ਆਨਲਾਈਨ ਪੋਰਟਲ ਤੇ ਬਹਿ ਕੇ ਸਾਹਮਣੇ ਬਹਿ ਕੇ ਉਹ ਇੱਕ ਤੁਹਾਡੇ ਕੋਲ ਸੁਵਿਧਾ ਹੈਗੀ ਆ ਜਿਹਦਾ ਅੱਜ ਮੈਂ ਇਹਦਾ ਸਾਨੂੰ ਵਾਦਾ ਹੋਇਆ ਤਕਰੀਬਨ 1.5 202 ਜ਼ਿਆਦਾ ਕੰਪਲੀਟਾਂ ਆਈਆਂ ਔਰ ਜਿਹਦੇ ਵਿੱਚ ਤੁਰੰਤ ਹੱਲ ਕਰਨ ਵਾਲੀਆਂ ਉਸੇ ਵੇਲੇ ਐਕਸ਼ਨ ਸੇਵਾ ਨਾਲ ਬੈਠੇ ਸੀਗੇ ਡਿਪਾਰਟਮੈਂਟ ਦੇ ਅਧਿਕਾਰੀ ਉਹਨਾਂ ਨੇ ਤੁਰੰਤ ਹੱਲ ਕੀਤੀਆਂ ਔਰ ਬਾਕੀਆਂ ਨੂੰ ਆਪਾਂ ਟਾਈਮ ਬਾਉਂਡ ਕੀਤਾ ਉਹਨਾਂ ਨੂੰ 15 ਦਿਨ ਦਿੱਤੇ ਆ ਉਜੇ ਅਗਰ ਕੋਈ ਵੱਡੀ ਯੋਜਨਾ ਹੈ ਤਾਂ ਉਹਦਾ ਟਾਈਮ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਦੱਸੋ 2 ਮਹੀਨੇ ਦੇ ਵਿੱਚ ਐਗਜ਼ੀਕਿਊਟ ਹੋ ਜਾਂਦੀ ਪੂਰੀ ਪਾਲਿਸੀ ਸੋ ਉਹਦੇ ਲਈ ਬਹੁਤ ਅੱਛਾ ਉਪਰਾਲਾ ਹੋਇਆ ਆ। ਆਨਲਾਈਨ ਜਨਤਾ ਦਰਵਾਜ਼ਾ ਤੁਸੀਂ ਲਾਇਆ ਆਨਲਾਈਨ ਲਗਾਉਣ ਦਾ ਕੀ ਮਕਸਦ ਸੀ ਕਿਉਂਕਿ ਆਫਲਾਈਨ ਵੀ ਬਹੁਵਰੀ ਲੱਗਦੇ ਰਿਹਾ ਆਨਲਾਈਨ ਦਾ ਕੀ ਮਕਸਦ ਸੀਗਾ ਨਹੀਂ ਸਿਰਫ ਅਸੀਂ ਆਨਲਾਈਨ ਨਹੀਂ ਲਾਇਆ ਸਾਡੇ ਕੋਲ ਪਹਿਲਾਂ ਸਾਰੇ ਫਜ਼ਿਲਕਾ ਬੈਲਟ ਅਬੋਹਰ ਬੈਲਟ ਫਰੋਜ਼ਪੁਰ ਬੈਲਟ ਬਠਿੰਡਾ ਬੈਲਟ ਦੇ ਜਿਹੜੇ ਪਿੰਡਾਂ ਦਾ ਸਾਡੇ ਕੋਲ ਆਇਆ ਸੀ ਕਿ ਉੱਥੇ ਪਾਣੀ ਬਹੁਤ ਖਰਾਬ ਹੈ ਉੱਥੇ ਮੈਂ ਖੁਦ ਵਿਜ਼ਿਟ ਵਿਜ਼ਿਟ ਕਰਕੇ ਕਮਿਊਨਿਟੀ ਆਰੋ ਚਾਲੂ ਕਰਾਈ ਔਰ ਸਾਨੂੰ ਉਹਨਾਂ ਪੰਚਾਇਤਾਂ ਦੇ ਥੈਂਕਸ ਦੇ ਲੈਟਰ ਆਏ ਸਾਰੇ ਸਰਪੰਚਾਂ ਦੇ ਲੋਕਾਂ ਦੇ ਉੱਥੇ ਹਰ ਇੱਕ ਜਗ੍ਹਾ ਤੇ ਘੱਟੋ ਘੱਟ 500 500 400 400 ਆਦਮੀ ਬੈਠਾ ਸੀ ਅਸੀਂ ਉਹਨਾਂ ਨੂੰ ਸਾਰਾ ਹੱਲ ਕਰਕੇ ਆਏ ਔਰ ਕੀ ਕਹਿੰਦੇ ਆ ਕਿਉਂਕਿ ਸਾਰਾ ਪੰਜਾਬ ਤਾਂ ਵਿਜ਼ਿਟ ਨਹੀਂ ਨਾ ਕੀਤਾ ਜਾ ਸਕਦਾ ਹਰ ਇੱਕ ਜਗ੍ਹਾ ਤੇ ਨਹੀਂ ਪੋਸੀਬਲ ਨਹੀਂ ਹੁੰਦਾ ਲੇਕਿਨ ਜਦੋਂ ਆਨਲਾਈਨ ਹੈ ਤੇ ਤੁਸੀਂ ਹਜ਼ਾਰਾਂ ਲੋਕ ਤੁਹਾਨੂੰ ਦੇਖ ਵੀ ਰਹੇ ਆ ਔਰ ਵਿੱਚ ਆਪਣੀ ਕੰਪਲੇਂਟ ਕਰਨਾ ਚਾਹੁੰਦੇ ਉਹ ਵੀ ਕਰ ਰਹੇ ਉਹਨਾਂ ਬਹੁਤ ਅੱਛੇ ਰਿਜ਼ਲਟ ਆਉਣ ਦੇ ਚਾਂਸ ਹੈ ਅਗਲਾ ਜਨਤਾ ਦਰਬਾਰ ਦਾ ਕੋਈ ਪਲਾਨ ਤਿਆਰ ਕੀਤਾ ਕਿ ਮਹੀਨੇ-ਮਹੀਨੇ ਬਾਅਦ ਲਗਾਇਆ ਕਰਾਂਗੇ 15 ਦਿਨਾਂ ਬਾਅਦ ਲਗਾਇਆ ਕਰਾਂਗੇ ਸਿਰਫ 15 ਦਿਨ ਜੀ 15 ਦਿਨ ਚ ਅਧਿਕਾਰੀਆਂ ਨੂੰ ਮੇਰੇ ਪ੍ਰਿੰਸੀਪਲ ਸੈਕਟਰੀ ਦੀਕਤਵਾੜੀ ਜੀ ਨੇ ਔਰ ਇਸ਼faq ਅਹਿਮਦ ਸਾਹਿਬ ਨੇ ਐਚਓਡੀ ਸਾਹਿਬ ਨੇ 15 ਦਿਨ ਦੇ ਅਧਿਕਾਰੀਆਂ ਜਿਹੜੀਆਂ ਤੁਰੰਤ ਕੰਪਲੀਟਾ ਹੋਣ ਵਾਲੀਆਂ ਸਾਨੂੰ ਦੱਸੋ ਇਹਦੇ ਵਿੱਚ ਕੀ ਕੀ ਕਰ ਸਕ ਉਹ 15 ਦਿਨ ਬਾਅਦ ਅਸੀਂ ਤੁਹਾਨੂੰ ਫੇਰ ਮਿਲਾਂਗੇ ਡੈਫੀਨੇਟਲੀ ਆ ਤੁਸੀਂ ਵੀ ਦੇਖੋਗੇ ਵੀ ਇਹਦਾ ਰਿਜ਼ਲਟ ਕੀ ਆ ਰਿਹਾ ਹੈ ਜੁਜੀਪਾਸੇ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਸਮੱਸਿਆ ਬਹੁਤ ਰਹਿੰਦੀ ਹੈ ਕਿ ਬਹੁਤ ਵਾਰ ਪਿੰਡਾਂ ਨੂੰ ਸਾਫ਼ ਪਾਣੀ ਸਪਲਾਈ ਨਹੀਂ ਹੋ ਪਉਂਦਾ ਜਾਂ ਕਹਿ ਲਈਏ ਕਿ ਪਿੰਡਾਂ ਦੇ ਲੋਕ ਬਿੱਲ ਭਰਨ ਤੋਂ ਵੀ ਥੋੜਾ ਗੁਰੇਜ਼ ਕਰਦੇ ਆ ਉਹਦੇ ਲਈ ਡਿਪਾਰਟਮੈਂਟ ਫਿਰ ਕੀ ਕਦਮ ਚੁੱਕਣ ਜਾ ਰਿਹਾ ਦੇਖੋ ਜਿੱਥੇ ਤੱਕ ਤੁਸੀਂ ਸਾਫ਼ ਪਾਣੀ ਦੀ ਗੱਲ ਕੀਤੀ ਹੈ ਸਾਡੀ ਕੋਸ਼ਿਸ਼ ਤਾਂ ਪਹਿਲਾਂ ਜਿਹੜੇ ਵੱਡੇ ਪ੍ਰੋਜੈਕਟ ਹੈ ਉਹ ਸਾਫ਼ ਪਾਣੀ ਲਈ ਸੀ ਉਹ ਗਰਾਊਂਡ ਵਾਟਰ ਜਿੱਥੇ ਖਰਾਬ ਸੀਗਾ ਉੱਥੇ ਸਰਫੇਸ ਵਾਟਰ ਦਾ ਪ੍ਰੋਵੀਜ਼ਨ ਕੀਤੇ ਗਏ ਆ ਔਰ ਮੁਗਾਜ਼ੀ ਵੱਡੀ ਸਕੀਮ ਜਿਹੜੀ ਸਗੀ ਜਿਹਦੇ ਤਕਰੀਬਨ 85 ਮਿੰਟ ਕਵਰ ਕਰ ਰਹੀ ਆ ਉਹ 70000 ਤੋਂ ਉੱਤੇ ਲੋਕਾਂ ਨੂੰ ਕਵਰ ਕਰ ਰਹੀ ਆ ਉਹਨੂੰ ਆਪਾਂ ਬੜੇ ਅੱਛੇ ਢੰਗ ਨਾਲ ਚੱਲ ਰਹੀ ਸੀ ਬਟ ਆਪਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਿਰਫ ਉਹਦੇ ਲਈ 50 ਰੁਪਏ ਟੈਰਿਫ ਸੀਗਾ ਲੇਕਿਨ ਪੰਚਾਇਤਾਂ ਨੂੰ ਪਤਾ ਸਾਨੂੰ ਉਹਦਾ ਖਰਚਾ ਜਿਹੜਾ ਪੈ ਰਿਹਾ ਉਹ ਬਹੁਤ ਜ਼ਿਆਦਾ ਪੈ ਰਿਹਾ ਸੀ ਲੇਕਿਨ ਉਹਦੇ باوجود ਪੰਚਾਇਤਾਂ ਨੇ ਖੁਦ ਕਿਹਾ ਵੀ ਅਸੀਂ 100 ਦੇਵਾਂਗੇ ਪੰਚਾਇਤਾਂ ਉਤੇ ਅੱਗੇ ਆਣਾ ਸੀ ਅਪੀਲ ਵੀ ਕਰ ਰਹੇ ਆ ਕਿਉਂਕਿ ਫੰਡਸ ਤੋਂ ਬਿਨਾ ਕਿਉਂਕਿ ਦੇਖੋ ਫ੍ਰੀ ਦੀ ਕੋਈ ਵੀ ਚੀਜ਼ ਜਿਹੜੀ ਆ ਉਹਦੀ ਇੱਕ ਕਾਸਟ ਹੈ ਹੀ ਆ ਮਿਨੀਮਮ ਕਾਸਟ ਹੈ ਅਸੀਂ ਸਿਰਫ ਲੋਕਾਂ ਨੂੰ ਇਹ ਕਹਿ ਰਹੇ ਆ ਉਹ ਮਿਨੀਮਮ ਕਾਸਟ ਸਾਡੇ ਨਾਲ ਅੱਗੇ ਆ ਕੇ ਸ਼ੇਅਰ ਕਰਨ ਤਾਂ ਕਿ ਉਹਨਾਂ ਲਈ ਹੋਰ ਜ਼ਿਆਦਾ ਉਸ ਚੀਜ਼ ਨੂੰ ਜਦੋਂ ਫਿਲਟਰੇਸ਼ਨ ਦਾ ਖਰਚਾ ਆਣਾ ਕਿਸੇ ਚੀਜ਼ ਦਾ ਉਹ ਆਏਗਾ ਉਹਨੂੰ ਸਾਡਾ ਲੋਕਾਂ ਨੇ ਸਹਿਯੋਗ ਕਰਨਾ ਉਹਦੇ ਲਈ ਜਿਹੜੇ ਸਰਪੰਚ ਵਧੀਆ ਕੰਮ ਕਰ ਰਹੇ ਆ ਬਿੱਲ ਦੇ ਰੂਪ ਦੇ ਵਿੱਚ ਉਹਨਾਂ ਨੂੰ ਕੋਈ ਸਨਮਾਨਿਤ ਕਰਨ ਦੀ ਯੋਜਨਾ ਵੀ ਤਿਆਰ ਕਰ ਰਹੀ ਹੈ ਮੈਂ ਅਜਿਜ਼ ਕਰੀ ਉਹਨੂੰ ਇਹ ਕਿਹਾ ਵੀ ਜਿਹੜੀਆਂ ਪੰਚਾਇਤਾਂ ਖੁਦ ਆ ਕੇ ਆਪਣੀ ਪਿੰਡ ਦੀ ਪੂਰੇ ਤੋਂ 100% ਆ ਕੇ ਵਿਲਿੰਗ ਜਮ੍ਹਾਂ ਕਰਾਉਂਦੀਆਂ ਆ ਕੇ ਅੱਗੇ ਆਉਂਦੀਆਂ ਡੈਫੀਨੇਟਲੀ ਹੈ ਲੋਕਲ ਲੈਵਲ ਤੇ ਉਹਨੂੰ ਡਿਪਟੀ ਕਮਿਸ਼ਨਰ ਲੈਵਲ ਦੇ ਉੱਤੇ ਉਹਨਾਂ ਨੂੰ ਜ਼ਰੂਰ ਸਨਮਾਨਿਤ ਕੀਤਾ ਜਾਏਗਾ ਡਿਪਾਰਟਮੈਂਟ ਦੇ ਵਿੱਚ ਇੱਕ ਪ੍ਰੋਬਲਮ ਇਹ ਹੁੰਦੀ ਹੈ ਕਿ ਕੋਈ ਖਾਸ ਵਿੰਗ ਕਹਿ ਲਈਏ ਜਾਂ ਕੋਈ ਖਾਸ ਇੱਕ ਅਲੱਗ ਤਰੀਕੇ ਦਾ ਸਟਰਕਚਰ ਨਹੀਂ ਹੈ ਕਿ ਬਿਲਿੰਗ ਨੂੰ ਲੈ ਕੇ ਜਿਹੜਾ ਸਟਰੋਂਗ ਹੋ ਸਕੇ ਬਿਲਿੰਗ ਨੂੰ ਲੈ ਕੇ ਜਿਹੜੀ ਨੀਤੀ ਤਿਆਰ ਕੀਤੀ ਜਾ ਸਕੇ ਉਸ ਦੇ ਲਈ ਕੋਈ ਡਿਪਾਰਟਮੈਂਟ ਵਿਚਾਰ ਚਰਚਾ ਕਰ ਰਿਹਾ ਹਾਂ ਬਿਲਕੁਲ ਉਸ ਲਈ ਵੀ ਕਰ ਰਹੇ ਹਾਂ ਉਸ ਲਈ ਅਸੀਂ ਜੋ ਵੀ ਲੋਕਾਂ ਨਾਲ ਡਰ ਰਹੇ ਹਾਂ ਲੋਕਲ ਲੈਵਲ ਤੇ ਪਹਿਲਾਂ ਜਾਂਦੇ ਸੀ ਕਿ ਲੋਕਾਂ ਨੂੰ ਏਮਪਲੋਇਮੈਂਟ ਮਿਲਦੀ ਰਹੇ ਉੱਥੇ ਲੋਕਲ ਲੈਵਲ ਤੇ ਸਾਡੇ ਡਿਪਾਰਟਮੈਂਟ ਦੇ ਜਿਹੜੇ ਬੱਚੇ ਜਾਂ ਕੋਈ ਨਾਲ ਹੈਗੇ ਉਹ ਕਰ ਰਹੇ ਸੀਗੇ ਉਹਦਾ ਮਤਲਬ ਹੁੰਦਾ ਵੀ ਉੱਥੇ ਇੱਕ ਲੋਕਲ ਏ ਏਮਪਲੋਇਮੈਂਟ ਰਹਿੰਦੀ ਹੈ ਤੇ ਉਹਦੇ ਲਈ ਫੇਰ ਵੀ ਹੋਰ ਵੀ ਸਾਨੂੰ ਕੋ ਅੱਛਾ ਤਸਵੀਰ ਜਿੱਦਾਂ ਤੁਸੀਂ ਕੀਤੀ ਅੱਜ ਕੋ ਹੋਰ ਸਾਡੇ ਧਿਆਨ ਚ ਆਏਗੀ ਔਰ ਉਹਨੂੰ ਜ਼ਰੂਰ ਕਰਾਂਗੇ ਲਾਗੂ ਕਰਾਂਗੇ ਤੇ ਬਸ ਵਿਰੋਧੀ ਧਿਰ ਨੇ ਨਿਸ਼ਾਨੇ ਕਸਨੇ ਸ਼ੁਰੂ ਕਰਤੇ ਆ ਸੁਖਬੀਰ ਸਿੰਘ ਬਾਦਲ ਲਗਾਤਾਰ ਸਰਕਾਰ ਤੇ ਨਿਸ਼ਾਨੇ ਲਾਉਂਦੇ ਨਜ਼ਰ ਆਏ ਅੱਜ ਕਹਿੰਦੇ ਜੀ ਬਿਜਲੀ ਦੇ ਲਈ ਕੁਝ ਨਹੀਂ ਕਰ ਰਹੀ ਹੈ ਸਰਕਾਰ ਰੇਤ ਦੇ ਲਈ ਕਹਿੰਦੀ ਕੁਝ ਨਹੀਂ ਕਰ ਰਹੀ ਆ ਪਾਲਿਸੀ ਲਈ ਇੰਡਸਟਰੀ ਦੀ ਪਰ ਸਾਡੀ ਪਾਲਿਸੀ ਬਹੁਤ ਵਧੀਆ ਸੀਗੀ ਇਹਨਾਂ ਦੀ ਪਾਲਿਸੀ ਤਾਂ ਬਿਲਕੁਲ ਕੰਮ ਨਹੀਂ ਦੀ ਸਿੱਧੇ ਤੌਰ ਤੇ ਨਿਸ਼ਾਨੇ ਸਰਕਾਰ ਤੇ ਲਾਅ ਐਂਡ ਆਰਡਰ ਨੂੰ ਲੈ ਕੇ ਲਗਾਏ ਉਹਨਾਂ ਨੇ ਲੇਖ ਸੁਖਵੀਰ ਬਾਦਲ ਜਿਹਨੂੰ ਇਹ ਸੋਚਣਾ ਜਿਹਦਾ ਵੀ ਜਨਤਾ ਨੇ ਉਹਨਾਂ ਨੂੰ ਕਿਉਂ ਨਕਾਰਿਆ ਅਗਰ ਐਡੇ ਕਾਮਯਾਬ ਚੀ ਮੁਨਿਸਟਰ ਔਰ ਡਿਪਟੀ ਚੀ ਮੁਨਿਸਟਰ ਸੀ ਉਹਨਾਂ ਦੀ ਸਰਕਾਰ ਸੀਗੀ ਤੇ ਲੋਕਾਂ ਨੇ ਉਹਨਾਂ ਨੂੰ ਮਨ ਲੋ ਕਹਿ ਸਕਦਾ ਹਜ਼ਾਰਾਂ ਵੋਟਾਂ ਦੇ ਸੈਂਕੜਿਆਂ ਦੇ ਨਹੀਂ ਹਜ਼ਾਰਾਂ ਬਲਕਿ ਲੱਖਾਂ ਲਾ ਲੋ ਇਹਨਾਂ ਦੀ ਤਾਂ ਅਗਰ ਐਵੇਂ ਕੈਲਕੂਲੇਟ ਕਰੀਏ ਤਾਂ ਆਪਾਂ ਤੇ ਹਾਰ ਆਇਆ ਕਿਉਂ ਅਗਰ ਇੰਨੀ ਅੱਛੀ ਸਕੀਮਾਂ ਸੀ ਐਨਾ ਅੱਛਾ ਲੈਂਡ ਆਰਡਰ ਸੀਗਾ ਇੰਨੀ ਇਹਨਾਂ ਦੀ ਬਿਜਲੀ ਪਰਫੈਕਟ ਸੀਗੀ ਲੋਕਾਂ ਨੂੰ ਬਿਜਲੀ ਮਿਲਦੀ ਨਹੀਂ ਸੀ ਆ 24 ਘੰਟੇ ਬਿਜਲੀ ਮਿਲ ਰਹੀ ਹੈ ਇਹ ਤਾਂ ਕਹਿੰਦੇ ਲਾਇਆ ਕੁਛ ਨਹੀਂ 24 ਘੰਟੇ ਲੋਕ ਕਿੰਨਾ ਸੈਟੀਸਫਾਈ ਆ ਬਿਜਲੀ ਤੋਂ ਲੋਕ ਅੱਜ ਸਰਕਾਰ ਨੇ 600 ਯੂਨਿਟ ਮਾਫ ਕਰ ਦਿੱਤਾ ਜ਼ੀਰੋ ਬਿੱਲ ਲੋਕਾਂ ਦੇ ਆਏ 55 ਲੱਖ ਤੋਂ ਲੈ ਕੇ 60 ਲੱਖ ਲੋਕਾਂ ਦੇ ਤੇ ਇਹ ਇਹ ਕਿੱਥੇ ਖੜੇ ਆ ਇਹ ਦੱਸਣਾ ਕਿਦਾ ਵੀ ਦੇਖੋ ਇਹ ਆਪਣੇ ਜ਼ਮੀਨ ਤਲਾਸ਼ ਰਹੇ ਆ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਨੂੰ ਮਿਲਣੀ ਨਹੀਂ ਪਰਨੀਤ ਕੌਰ ਦਾ ਜ਼ਿਕਰ ਕਰ ਲਈਏ ਕੱਲ ਪਰਸੋ ਇੱਕ ਨੋਟਿਸ ਜਾਰੀ ਹੋਇਆ ਪਰਨੀਤ ਕੌਰ ਨੂੰ ਅੱਜ ਉਸ ਦਾ ਜਵਾਬ ਭੇਜਤਾ ਜਵਾਬ ਚ ਇੱਕ ਇੰਟਰਸਟਿੰਗ ਚੀਜ਼ ਕੀ ਆ ਨਾ ਜਿੰਪਾ ਜੀ ਉਹ ਲਿਖ ਰਿਹਾ ਕਹਿੰਦੇ ਜੀ ਮੇਰੇ ਘਰ ਵਾਲੇ ਪੰਜਾਬ ਦੇ ਮੁੱਖ ਮੰਤਰੀ ਸੀ ਔਰ ਜਿਹੜਾ ਵਿਅਕਤੀ ਸ਼ਿਕਾਇਤ ਕਰ ਰਿਹਾ ਸ਼ਿਕਾਇਤ ਕੌਣ ਕਰ ਰਿਹਾ ਮਰਿੰਦਰ ਸਿੰਘ ਰਾਜਾ ਵੜੇਂਗਾ ਕਹਿੰਦੇ ਇਹਨਾਂ ਦੇ ਖਿਲਾਫ ਇੱਕ ਮਾਮਲਾ ਸੀ ਅਸੀਂ ਪਾਰਟੀ ਦੀ ਸਾਖ ਬਚਾਉਣ ਦੇ ਲਈ ਇਸ ਤੇ ਕਾਰਵਾਈ ਨਹੀਂ ਕੀਤੀ ਮੈਂ ਤਾਂ ਦੇਖੋ ਬੜਾ ਵੱਡਾ ਰਾਜ ਕਰਾਨਾ ਆ ਉਹਦਾ ਵੀ ਪਟਿਆਲਾ ਰਾਜ ਕਰਾਨਾ ਆ ਮੈਂ ਕੈਪਟਨ ਮਰਿੰਦਰ ਸਿੰਘ ਜੀ ਦੀ ਬਹੁਤ ਰਿਸਪੈਕਟ ਕਰਦਾ ਹਾਂ ਉਹ ਪਰਿਵਾਰ ਦੀ ਪਰ ਮਨੋਂ ਨੇ ਕਰਜ ਕਰਨੀ ਚਾਹਨਾ ਵੀ ਘੱਟੋ ਘੱਟ ਪਰਿਵਾਰ ਦਾ ਇੱਕ ਐਕਸਟੈਂਡ ਤਾਂ ਹੋਣਾ ਚਾਹੀਦਾ ਉਹ ਮੈਨੂੰ ਇਹਨਾਂ ਸਮਝ ਆਇਆ ਵੀ ਕੈਪਟਨ ਸਾਹਿਬ ਖੁਦ ਚਲੇ ਗਏ ਆ ਬੀਜੇਪੀ ਦੇ ਵਿੱਚ ਉਹਨਾਂ ਨੂੰ ਉਸ ਪਾਰਟੀ ਨੇ ਜਿਹਨੂੰ ਦੋ ਵਾਰ ਚ ਉਹਨੂੰ ਚੀਫ ਮਿਨਿਸਟਰ ਵੀ ਬਣਾਇਆ ਸੀ ਪੰਜਾਬ ਦੇ ਪ੍ਰਧਾਨ ਰੱਖਿਆ ਉਹਨਾਂ ਨੂੰ ਹੋਰ ਵੱਡੇ ਅਹੁਦੇ ਦਿੱਤੇ ਪਰ ਕੈਪਟਨ ਸਾਹਿਬ ਨੂੰ ਚਾਹੀਦਾ ਸੀ ਘੱਟ ਤੋਂ ਘੱਟ ਆਪਣੀ ਧਰਮ ਪਤਨੀ ਨਾਲ ਨਾਲ ਤਿਆਰ ਕਰ ਲੈਂਦੇ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਇਹਦੇ ਤੋਂ ਪਹਿਕੇ ਪਹਿਲਾ ਪਰਿਵਾਰਿਕ ਮੀਟਿੰਗ ਜ਼ਰੂਰ ਕਰਨੇ ਔਰ ਦੂਜੀ ਪਾਸੇ ਜਿਹੜੇ ਇਲਜ਼ਾਮ ਪ੍ਰਨੀਤ ਕੌਰ ਦੇ ਨੇ ਜਿਸ ਤਰੀਕੇ ਦੇ ਨਾਲ ਪ੍ਰਨੀਤ ਕੌਰ ਦੇ ਵੱਲੋਂ ਗੱਲ ਰੱਖੀ ਗਈ ਹੈ ਕਹਿੰਦੇ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਹਿੰਦੇ ਅਸੀਂ ਬਚਾਏ ਕਿਉਂਕਿ ਪਾਰਟੀ ਦੇ ਵਿੱਚ ਸੀਗੇ ਦੇਖੋ ਰਾਜਾ ਵੜਿੰਗ ਜਿਹੜੇ ਜੀ ਹੈਗੇ ਆ ਹੁਣ ਇੱਥੋਂ ਇਹ ਤਾਂ ਪਤਾ ਲੱਗਦੀ ਇਹ ਨਹੀਂ ਕਹਿ ਸਕਦੇ ਸਾਡੀ ਇਹ ਜਿਹੜੀ ਕਲਾ ਸੀਗੀ ਉਹ ਸਾਨੂੰ ਲੈ ਕੇ ਡੁੱਬੀ ਐ ਔਰ ਰਾਜਾ ਬਲਿੰਗ ਬੜਿੰਗ ਜੀ ਦੀ ਅੱਜ ਬਾਕੀ ਨਾ ਕੀ ਇਕੁਏਸ਼ਨਸ ਹੈਗੀਆਂ ਤੁਹਾਡੇ ਤੋਂ ਕਿਤੇ মিডিਆ ਤੋਂ ਥੋੜੀ ਚੁੱਪੀ ਰਹਿੰਦੀ ਆ ਤੁਹਾਨੂੰ ਪਤਾ ਹੀ ਐ ਕੀ ਹਾਲਾਤ ਆ ਇਹਨਾਂ ਦੇ ਇਸ ਵੇਲੇ ਇਹ ਤਾਂ ਸਾਰੇ ਜਣੇ ਰਲ ਮਿਲ ਕੇ ਇਸ ਵੇਲੇ ਇਸ ਲੜਾਈ ਨੂੰ ਇਹ ਲੜ ਰਹੇ ਆ ਵੀ ਦੇਖਣ ਸਾਡੀ ਕਿਤੇ ਕੋਈ ਫਾਈਲ ਨਾ ਅੱਗੇ ਆ ਜਾਵੇ ਸਭ ਤੋਂ ਵੱਧ ਧੰਨਵਾਦ ਗਲਵਾਤ ਕਰ ਰਹੀ ਸੀ ਬ੍ਰਹਮਸ਼ੰਕਰ ਜਿੰਪਾ ਜੀ ਦੇ ਨਾਲ ਅੱਜ ਮੀਟਿੰਗ ਹੋਈ ਔਰ ਮੀਟਿੰਗ ਦੇ ਵਿੱਚ ਜਿਹੜੇ ਅਲੱਗ-ਅਲੱਗ ਲੋਕਾਂ ਦੀਆਂ ਸ਼ਿਕਾਇਤਾਂ ਸੀ ਉਹ ਸੁਨੀਆਂ ਗਈਆਂ ਔਰ ਮੌਕੇ ਤੇ ਨਿਪਟਾਰੇ ਬਹੁਤ ਸਾਰੇ ਦੇ ਕੀਤੇ ਗਏ ਔਰ ਬਾਕੀਆਂ ਨੂੰ ਜਿਹੜੇ ਇੱਕ ਲਿਮਟਿਡ ਟਾਈਮ ਦਿੱਤਾ ਗਿਆ ਕਿ ਇਹਨਾਂ ਦਿਨਾਂ ਚ ਤੁਹਾਡਾ ਜਿਹੜਾ ਕੰਮ ਹੈ ਉਸ ਨੂੰ ਪੂਰਾ ਕੀਤਾ ਜਾਏਗਾ ਕੈਮਰਾਮੈਨ ਲਾਲਤਾ ਦੇ ਨਾਲ ਰੋਹਿਤ ਪੱਕਾ ਏਵੀਪੀ ਸੰਝਾ ਮੋਹਾਲੀ